ਦੋਸਤ ਬਣ ਗਏ ਹੈਵਾਨ, ਆਪਣੇ ਹੀ ਯਾਰ ਨੂੰ ਦਿੱਤਾ ਨਹਿਰ ਚ ਧੱਕਾ। ਉਧਾਰ ਦਿੱਤੇ ਪੈਸੇ ਮੰਗਣ ਤੇ ਦੋਸਤਾਂ ਨੇ ਕਰ ਦਿੱਤਾ ਕਤਲ। 2000 ਮੰਗਣ ਤੇ ਨੌਜਵਾਨ ਨੇ ਗਵਾ ਲਈ ਆਪਣੀ ਜਾਨ। ਕਹਿੰਦੇ ਨੇ ਦੋਸਤ ਤਾਂ ਉਹ ਹੁੰਦੇ ਨੇ ਜੋ ਆਪਣੇ ਯਾਰਾਂ ਦੇ ਨਾਲ ਹਰ ਮਾੜੇ ਚੰਗੇ ਟਾਈਮ ਦੇ ਵਿੱਚ ਖੜੇ ਹੋਣ। ਦੋਸਤ ਉਹ ਹੁੰਦੇ ਨੇ ਜੋ ਅਹਿਸਾਸ ਕਰਵਾਉਣ ਕਿ ਉਹਨਾਂ ਦੇ ਹੁੰਦੇ ਤੁਹਾਨੂੰ ਕਿਸੇ ਚੀਜ਼ ਦਾ ਕੋਈ ਦੁੱਖ ਨਹੀਂ। ਦੋਸਤ ਤਾਂ ਉਹ ਹੁੰਦੇ ਨੇ ਜੋ ਬਿਨਾਂ ਕਹੇ ਤੁਹਾਡੇ ਦਿਲ ਦੀ ਹਰ ਇੱਕ ਗੱਲ ਨੂੰ ਸਮਝ ਲੈਂਦੇ ਨੇ, ਤੁਹਾਡੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਤੁਹਾਡਾ ਸਾਥ ਦਿੰਦੇ ਨੇ। ਪਰ ਇਹ ਕਿਹੋ ਜਿਹੇ ਦੋਸਤ ਨੇ? ਇਹਨਾਂ ਨੂੰ ਦੋਸਤ ਨਹੀਂ, ਇਹਨਾਂ ਨੂੰ ਹੈਵਾਨ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੇ ਹੀ ਦੋਸਤ ਦੀ ਜਾਨ ਲੈ ਲਈ, ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਦੋਂ ਉਸਨੇ ਆਪਣੇ ਹੀ ਦਿੱਤੇ ਉਧਾਰ ਪੈਸੇ ਮੰਗ ਲਏ। 2000 ਰੁਪਏ ਉਧਾਰ ਦਿੱਤੇ ਪੈਸੇ ਜਦੋਂ ਨੌਜਵਾਨ ਨੇ ਮੰਗੇ ਤਾਂ ਦੋਸਤਾਂ ਨੇ ਰਲ ਕੇ ਸਾਜਿਸ਼ ਦੇ ਤਹਿਤ ਆਪਣੇ ਹੀ ਯਾਰ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ। 3 ਅਪ੍ਰੈਲ ਤੋਂ ਨੌਜਵਾਨ ਲਾਪਤਾ ਸੀ। ਪਰਿਵਾਰ ਧਾਹਾਂ ਮਾਰ ਮਾਰ ਰੋ ਰਿਹਾ ਸੀ, ਆਪਣੇ ਪੁੱਤ ਨੂੰ ਲੱਭ ਰਿਹਾ ਸੀ, ਬਿਲਕ ਰਿਹਾ ਸੀ, ਤੜਪ ਰਿਹਾ ਸੀ ਕਿ ਆਖਰਕਾਰ ਉਹਨਾਂ ਦਾ ਨੌਜਵਾਨ ਸ਼ੇਰ ਕਿੱਥੇ ਚੱਲ ਗਿਆ। ਮਾਂ ਜਿਹੜੀ ਆ ਆਪਣੇ ਪੁੱਤ ਨੂੰ ਹਰ ਥਾਈਂ ਪਾਲ ਰਹੀ ਸੀ, ਬੂਹੇ ਤੇ ਬੈਠ ਕੇ ਤੱਕਦੀ ਸੀ ਖੋਰੇ ਕਦੋਂ ਉਸਦਾ ਪੁੱਤਰ ਆਵੇਗਾ। ਪਰ ਇਹਨਾਂ ਹੈਵਾਨਾਂ ਨੇ ਉਸਦੇ ਪੁੱਤ ਦੇ ਨਾਲ ਚੰਗੀ ਨਹੀਂ ਕੀਤੀ। ਪਹਿਲਾਂ ਉਸ ਤੋਂ ਪੈਸੇ ਉਧਾਰ ਲਏ ਤੇ ਉਸਨੂੰ ਲਾਰੇ ਲੱਪੇ ਲਾਉਂਦੇ ਰਹੇ ਕਿ ਪੈਸੇ ਵਾਪਸ ਕਰ ਦਿਆਂਗੇ, ਤੇ ਜਦੋਂ ਉਸਨੂੰ ਜ਼ਰੂਰਤ ਪੈਣ ਤੇ ਉਸਦੇ ਪੈਸੇ ਮੰਗ ਲਏ ਤਾਂ ਫਿਰ ਇਹਨਾਂ ਦੋਸਤਾਂ ਨੇ ਰਲ ਕੇ ਇੱਕ ਸਾਜਿਸ਼ ਘੜੀ। ਨੌਜਵਾਨ ਨੂੰ 3 ਅਪ੍ਰੈਲ ਦੀ ਰਾਤ ਨੂੰ ਘਰੋਂ ਲੈ ਗਏ ਤੇ ਬਹਾਨੇ ਸਿਰ ਉਸਨੂੰ ਨਹਿਰ ਕੰਢੇ ਲਿਜਾ ਕੇ ਉਸਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਤੇ ਫਿਰ ਖੁੰਦ ਨੂੰ ਇੰਜ ਦਿਖਾਉਣ ਲੱਗੇ ਕਿ ਉਸਦੇ ਲਾਪਤਾ ਹੋਣ ਦਾ ਇਹਨਾਂ ਨੂੰ ਬੜਾ ਸਦਮਾ ਸੀ। ਪਰ ਪੁਲਿਸ ਆਖਰ ਪੁਲਿਸ ਹੈ, ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਜੀ ਮਾਨਯੋਗ DGP ਸਾਹਿਬ ਪੰਜਾਬ ਤੇ DIG ਸਾਹਿਬ ਪਟਿਆਲਾ ਰੇਂਜ, SSP ਸਾਹਿਬ ਪਟਿਆਲਾ ਤੇ ਸਾਡੇ SP ਇਨਵੈਸਟੀਗੇਸ਼ਨ ਤੇ SP PBI ਯੋਗੇਸ਼ ਸਰ ਤੇ ਜਸਵੀਰ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀਗੀ, ਜਿਸ 'ਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ, ਜਿਹਦਾ ਛੋਟਾ ਨਾਮ ਮਾਨੀ ਹੈ, ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ, 3 ਅਪ੍ਰੈਲ ਦੀ ਰਾਤ ਤੋਂ। ਅਤੇ ਇਸ 'ਚ ਅਸੀਂ 346 ਦਾ ਪਰਚਾ ਦਿੱਤਾ ਸੀਗਾ ਇਨੀਸ਼ੀਅਲੀ, ਅਤੇ ਇਹਦੀ ਉਮਰ ਸੀਗੀ 25 ਸਾਲ, ਜਿਸ 'ਚ ਅਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਇਹਨੂੰ ਟਰੇਸ ਕੀਤਾ, ਇਹਦੇ ਕਿਹਦੇ ਨਾਲ ਗੱਲਬਾਤ ਹੋ ਰਹੀ ਸੀਗੀ ਸਾਰਾ ਅਸੀਂ ਦੇਖਿਆ। ਅਤੇ ਉਹਦੇ ਬੇਸਿਸ 'ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ, ਅਤੇ ਜਿਸ 'ਚ ਅਸੀਂ ਫਿਰ ਹੁਣ ਸਪਟੈਂਬਰ ਦੇ ਮਹੀਨੇ 'ਚ ਅਸੀਂ ਵਾਅਦਾ ਜ਼ਰੂਰ ਕੀਤਾ ਜਦੋਂ ਸਾਨੂੰ ਪਤਾ ਲੱਗਿਆ, ਅਤੇ ਇਸ 'ਚ ਅਸੀਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰਫ ਪ੍ਰਿੰਸ, ਵੜੈਚਾਪੱਤੀ ਦਾ ਰਹਿਣ ਵਾਲਾ ਹੈਗਾ, ਜਗਜੀਤ ਸਿੰਘ ਹੈਗਾ ਛੋਟੀ ਮਾਜਰੀ ਦਾ, ਅਤੇ ਅੰਮ੍ਰਿਤਪਾਲ ਸਿੰਘ ਇਹ ਹੈਗਾ ਕੜਾਮਾਪੱਤੀ ਦਾ। ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੀ। ਅਤੇ ਇਹਨਾਂ ਦਾ ਜਿਹੜਾ ਆਪਸ 'ਚ ਰੰਜਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਲਿੱਤੇ ਸੀਗੇ, ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ, ਜਿਸ 'ਚ ਇਹ ਮੰਗਣ ਗਏ ਸੀਗੇ ਉਹ ਤੋਂ ਪੈਸੇ, ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਅਤੇ ਇਹਨਾਂ ਨੇ ਉਹਨੂੰ ਨਹਿਰ 'ਚ ਸਿੱਟਤਾ ਸੀਗਾ ਭਾਗਾਂ 'ਚ। ਬਾਕੀ ਤਫਤੀਸ਼ ਸਾਡੀ ਜਾਰੀ ਹੈ।